ਆ ਰਹੇ ਇੱਥੇ ਆਣ ਕੇ। ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਵੱਲੋਂ ਲਗਾਤਾਰ ਖਾਣ ਪੀਣ ਦੀਆਂ ਦੁਕਾਨਾਂ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਮਿਲਾਵਟਖੋਰੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਪਿਛਲੇ ਦਿਨੀ ਕਾਰਵਾਈ ਦੌਰਾਨ ਜਿਨ੍ਹਾਂ ਦੇ ਸੈਂਪਲ ਫੇਲ ਹੋ ਗਏ ਹਨ ਉਹਨਾਂ ਨੂੰ ਕਾਫ਼ੀ ਭਾਰੀ ਜੁਰਮਾਨੇ ਪਾਏ ਗਏ ਹਨ। ਇਸ ਕਾਰਵਾਈ ਦੌਰਾਨ ਬਹੁਤੇ ਲੋਕਾਂ ਵੱਲੋਂ ਲਾਇਸੈਂਸ ਵੀ ਅਪਲਾਈ ਕੀਤੇ ਜਾ ਰਹੇ ਹਨ। ਹਾਂਜੀ, ਅੱਜ ਮਿਸ਼ਨ ਤੰਦਰੁਸਤ ਪੰਜਾਬ ਦੇ ਅੰਡਰ ਫੂਡ ਸੇਫਟੀ ਟੀਮ ਅੰਮ੍ਰਿਤਸਰ ਡਾਕਟਰ ਰਖਬੀਰ ਸਿੰਘ ਭਾਗੋਵਾਲੀਆ ਜੀ ਦੀ ਅਗਵਾਈ ਹੇਠ ਅਸੀਂ ਨੇ ਇੰਸਪੈਕਸ਼ਨਸ ਕੀਤੀਆਂ, ਜਿਸਦੇ ਵਿੱਚ ਜੋ ਕਿ ਪਹਿਲਾਂ ਚੈਕਿੰਗ ਕੀਤੀ ਗਈ ਸੀਗੀ ਉਹਨਾਂ ਸਾਰੀ ਸ਼ੋਪਸ ਜਿਵੇਂ ਗਿਆਨੀ ਟ੍ਰੀ ਸਟਾਲ ਹੋ ਗਿਆ, ਬ੍ਰਿਜਵਾਸੀ ਔਰ ਹੋਰ ਵੀ ਵੱਡੀ ਜਿਹੜੀਆਂ ਸ਼ੋਪਸ ਹੈਗੀਆਂ ਉਹਨਾਂ 'ਤੇ ਇੰਸਪੈਕਸ਼ਨ ਰੀਇੰਸਪੈਕਸ਼ਨ ਕੀਤੀ ਗਈ ਅਤੇ ਦੇਖਿਆ ਗਿਆ ਕਿ ਉਹਨਾਂ 'ਚ ਸੁਧਾਰ ਹੋਇਆ ਕਿ ਨਹੀਂ ਹੋਇਆ। ਐਂਡ ਇਟ ਇਜ਼ ਰਿਮਾਰਕੇਬਲ ਕਿ ਵੀ ਉੱਥੇ ਉਹਨਾਂ ਨੇ ਕਾਫੀ ਇੰਪਰੂਵਮੈਂਟ ਕੀਤੀ ਹੈ। ਉਸ ਤੋਂ ਇਲਾਵਾ ਵੀ ਬੱਸ ਸਟੈਂਡ ਦੇ ਸਾਹਮਣੇ ਜਿਹੜੇ ਆਪਣੇ ਢਾਬੇ ਹੈਗੇ ਆ ਔਰ ਸਿਟੀ ਦੇ ਵਿੱਚ ਹਾਲਗੇਟ ਸਾਈਡ ਜਿਵੇਂ ਸੁਭਾਸ਼ ਟੀ ਜੂਸ ਬਾਰ, ਐਸੇ ਹੋਰ ਵੀ ਸ਼ੋਪਸ ਹੈਗੀਆਂ, ਫੂਡ ਵੈਂਡਿੰਗ ਐਸਟੈਬਲਿਸ਼ਮੈਂਟਸ ਦੇ ਵਿੱਚ ਚੈਕਿੰਗ ਕੀਤੀ ਗਈ ਹੈ, ਇੰਸਪੈਕਸ਼ਨ ਕੀਤੀ ਗਈ ਹੈ। ਐਂਡ ਇਹ ਰਿਮਾਰਕੇਬਲ ਹੈਗਾ ਕਿ ਵੀ ਉਹਨਾਂ ਨੇ ਕਾਫੀ ਚੇਂਜਿਸ ਕੀਤੇ ਹੈਗੇ ਆ ਅਤੇ ਜਿਹੜੀਆਂ ਉਹਨਾਂ 'ਚ ਕਮੀਆਂ ਪਾਈਆਂ ਗਈਆਂ ਇਸ ਬਾਰੇ ਉਹਨਾਂ ਨੂੰ ਦੱਸਿਆ ਗਿਆ ਤਾਂ ਜੋ ਕਿ ਲੋਕਾਂ ਨੂੰ ਅੱਛਾ ਸਾਫ਼ ਸੁਥਰਾ ਖਾਣਾ ਖਾਣ ਮਿਲੇ ਅਤੇ ਜਿਹੜਾ ਸਰਕਾਰ ਦਾ ਮਿਸ਼ਨ ਤੰਦਰੁਸਤ ਪੰਜਾਬ ਹੈ ਉਹ ਕਾਮਯਾਬ ਹੋਏ। ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਾਡੀ ਜਿਹੜੀ ਮੁਹਿੰਮ ਹੈ ਅਡਲਟਰੇਸ਼ਨ ਦੇ ਅਗੇਂਸਟ ਉਹ ਜਾਰੀ ਹੈ ਅਤੇ ਉਸੇ ਮਿਸ਼ਨ ਦੇ ਤਹਿਤ ਸਾਨੂੰ ਇਹ ਮਤਲਬ ਮੈਸੇਜ ਕਨਵੇ ਹੋ ਰਿਹਾ ਸੀ, ਕਈ ਪ੍ਰੈਸ ਵਾਲੇ ਵੀ ਕਰ ਰਹੇ ਸੀ ਕਿ ਇਹ ਦਿਵਾਲੀ ਦੇ ਲਾਗੇ ਜਾਂ ਤਿਉਹਾਰਾਂ ਦੇ ਲਾਗੇ ਕੀਤਾ ਜਾ ਰਿਹਾ, ਪਰ ਇਹ ਜਿਹੜੀ ਮੁਹਿੰਮ ਹੈ ਇਹ ਲਗਾਤਾਰ ਜਾਰੀ ਰਹੂਗੀ ਔਰ ਉਸੇ ਮੁਹਿੰਮ ਦੇ ਤਹਿਤ ਅਸੀਂ ਅੱਜ ਰੀਇੰਸਪੈਕਸ਼ਨ ਕੀਤੀ ਹੈ। ਜਿਹੜੀਆਂ ਪਹਿਲਾਂ ਅਸਟੈਬਲਿਸ਼ਮੈਂਟਸ ਫੇਮਸ ਅਸਟੈਬਲਿਸ਼ਮੈਂਟਸ ਅੰਮ੍ਰਿਤਸਰ ਦੀਆਂ ਚੈੱਕ ਕੀਤੀਆਂ ਗਈਆਂ ਸੀ ਜਿਵੇਂ ਗਿਆਨੀ ਟੀ ਸਟਾਲ, ਕੇਸਰਦਾ ਢਾਬਾ, ਸੁਭਾਸ਼ ਜੂਸ ਬਾਰ ਔਰ ਸਟੇਸ਼ਨ ਦੇ ਸਾਹਮਣੇ ਢਾਬੇ ਆ ਪ੍ਰੀਤਮ ਢਾਬਾ, ਜੋਗਿੰਦਰ ਢਾਬਾ ਅਤੇ ਬ੍ਰਿਜਵਾਸੀ ਦਾ ਜਿਵੇਂ ਬਹੁਤ ਮਸ਼ਹੂਰ ਹੈ ਇੱਥੋਂ ਦਾ, ਬੱਬੀ ਚਿਕਨ ਕਾਰਨਰ, ਬੇਕਵੈਲ ਬੇਕਰੀ ਹੈ, ਉਹਨਾਂ ਸਾਰੀਆਂ ਨੂੰ ਦੁਬਾਰਾ ਰੀਇੰਸਪੈਕਟ ਕੀਤਾ। ਇਹਨਾਂ ਨੂੰ ਪਹਿਲਾਂ ਆਪਾਂ ਇੰਪਰੂਵਮੈਂਟ ਨੋਟਿਸ ਭੇਜੇ ਸੀ ਕਿ ਇਹ ਤੁਹਾਡੇ 'ਚ ਕਮੀ ਪੇਸ਼ੀ ਹੈ ਔਰ ਉਹ ਵਾਇਰਲ ਵੀ ਹੋਈਆਂ ਸੀ ਕਈ ਮੀਡੀਆ ਦੇ ਵਿੱਚ ਔਰ ਅੱਜ ਅਸੀਂ ਵੇਖਿਆ ਕਿ ਕਾਫੀ ਹੱਦ ਤੱਕ ਉਹਨਾਂ ਨੇ ਇੰਪਰੂਵਮੈਂਟ ਕੀਤੀਆਂ, ਪਰ ਜੋ ਵੀ ਕਮੀ ਪੇਸ਼ੀਆਂ ਬਾਕੀ ਹੈਗੀਆਂ ਉਹਨਾਂ ਦੇ ਵਿੱਚ ਉਹਨਾਂ ਵਾਸਤੇ ਵੀ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਦੂਰ ਕਰ ਲਓ। ਫਾਰ ਐਗਜ਼ਾਮਪਲ ਬੱਬੀ ਚਿਕਨ ਕਾਰਨਰ ਆ, ਉਹਨਾਂ ਦੇ ਵਿੱਚ ਬਹੁਤ ਸਾਰੇ ਮਤਲਬ ਉਹਨਾਂ ਨੇ ਲੋਕਾਂ ਨੇ ਗਲਵਸ ਵੀ ਪਾਏ ਸੀ, ਹੈੱਡ ਕੈਪ ਵੀ ਪਾਏ ਸੀ, ਉਹਦਾ ਫਲੋਰ ਦੀ ਕੰਡੀਸ਼ਨ ਵੀ ਵਧੀਆ ਸੀ ਔਰ ਮੈਸ਼ ਲਗਾਏ ਹੋਏ ਸੀ ਤਾਂ ਕਿ ਮੱਖੀ ਮੱਛਰ ਵਗੈਰਾ ਉੱਥੇ ਨਾ ਆ ਸਕੇ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਢੱਕ ਕੇ ਰੱਖੀਆਂ ਹੋਈਆਂ ਸੀ। ਇਸੇ ਤਰ੍ਹਾਂ ਹੀ ਬ੍ਰਿਜਵਾਸੀ ਨੇ ਕਾਫੀ ਇੰਪਰੂਵਮੈਂਟ ਕੀਤੀ ਹੈ, ਗਿਆਨੀ ਟੀ ਸਟਾਲ ਨੇ ਵੀ ਕੀਤੀ ਹੈ, ਸਾਰੇ ਮਤਲਬ ਇੰਪਰੂਵਮੈਂਟ ਰਿਮਾਰਕੇਬਲ ਹੈ ਔਰ ਸਾਡਾ ਜਿਹੜਾ ਇਹੋ ਹੀ ਸਰਕਾਰ ਦਾ ਆਦੇਸ਼ ਹੈ ਕਿ ਲੋਕਾਂ ਨੂੰ ਸਾਫ਼ ਸੁਥਰਾ ਖਾਣਾ ਮੁਹੱਈਆ ਕਰਨਾ, ਸਾਫ਼ ਸੁਥਰੇ ਮਾਹੌਲ 'ਚ ਤਿਆਰ ਹੋਣਾ ਚਾਹੀਦਾ ਔਰ ਹਾਈਜੀਨ ਜਿਹੜੀ ਆ ਉਹਦੇ ਵੱਲ ਪ੍ਰੋਪਰ ਧਿਆਨ ਰੱਖਿਆ ਜਾਊਗਾ ਕਿ ਜਿਹੜੇ ਵਰਕਰਸ ਆ ਉਹਨਾਂ ਦੀ ਪ੍ਰੋਪਰ ਹਾਈਜੀਨ ਔਰ ਸੈਨੀਟੇਸ਼ਨ ਬਿਲਡਿੰਗ ਦੀ ਉਹ ਪ੍ਰੋਪਰ ਹੋਣੀ ਚਾਹੀਦੀ ਆ ਔਰ ਲਾਇਸੈਂਸਿੰਗ ਐਂਡ ਰਜਿਸਟ੍ਰੇਸ਼ਨ ਜਿਹੜੀ ਆ ਉਹਦੇ ਵਿੱਚ ਵੀ ਕਾਫੀ ਇੰਪਰੂਵਮੈਂਟ ਹੋ ਰਹੀ ਹੈ ਔਰ ਲੋਕ ਜਿਹੜੇ ਧੜਾ ਧੜ ਜਿਹੜੇ ਸਾਡੇ ਕੋਲ ਲਾਇਸੈਂਸ ਜਿਹੜੇ ਉਹ ਅਪਲਾਈ ਕਰ ਰਹੇ ਆ, ਰਜਿਸਟ੍ਰੇਸ਼ਨ ਅਪਲਾਈ ਕਰ ਰਹੀ ਹੈ ਔਰ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਕਰਕੇ ਉਹਨਾਂ ਨੂੰ ਲਾਇਸੈਂਸ ਇਸ਼ੂ ਕੀਤੇ ਜਾ ਰਹੇ ਆ। ਵੇਖੋ ਜਿਨ੍ਹਾਂ 'ਤੇ ਰੇਡ ਕੀਤੇ ਆ ਉਹਨਾਂ ਦੇ ਵਿੱਚ ਸਾਰੀਆਂ ਰਿਪੋਰਟਾਂ ਤਕਰੀਬਨ ਆ ਚੁੱਕੀਆਂ ਸਾਡੇ ਕੋਲ, ਅਕਤੂਬਰ ਮਹੀਨੇ ਦੀਆਂ ਕੁਛ ਰਿਪੋਰਟਸ ਪੈਂਡਿੰਗ ਹੈ ਪਰ ਜਿੰਨੀਆਂ ਕੁ ਆਈਆਂ ਉਹਦੇ ਵਿੱਚ 50% ਦੇ ਲਗਭਗ ਸੈਂਪਲ ਫੇਲ ਪਾਏ ਗਏ ਆ। ਉਹਨਾਂ ਦੇ ਅਗੇਂਸਟ ਆਪਾਂ ਐਡਜੂਡੀਕੇਟਿੰਗ ਆਫਿਸਰ ADC ਸਾਹਿਬ ਦੇ ਕੇਸ ਲਾਂਚ ਕਰ ਰਹੇ ਹਾਂ ਔਰ ਜਿਹੜੇ ਅਨਸੇਫ ਸੈਂਪਲ ਆਏ ਆ ਉਹਨਾਂ ਦੇ ਆਪਾਂ CGM ਕੋਰਟ ਦੇ ਵਿੱਚ ਕੇਸ ਲਾਂਚ ਕਰ ਰਹੇ ਹਾਂ ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਲੀਗਲ ਡਿਪਾਰਟਮੈਂਟ ਜਿਹੜੇ ਇੱਥੋਂ ਦੇ ਟੀਮ ਆ ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਕਰਾਈਆਂ ਜਾ ਸਕਣ, ਵੱਧ ਤੋਂ ਵੱਧ ਜੁਰਮਾਨੇ ਕਰਾਏ ਜਾ ਸਕਣ ਤਾਂ ਕਿ ਕੋਈ FBO ਅੱਗੇ ਤੋਂ ਇਹ ਹਿੰਮਤ ਨਾ ਕਰੇ ਅਡਲਟਰੇਸ਼ਨ ਕਰਨ ਦੀ ਔਰ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀ। ਵੇਖੋ ਕੋਰਟ ਦਾ ਪ੍ਰੋਸੀਜਰ ਤਾਂ ਥੋੜ੍ਹਾ ਲੰਬਾ ਹੁੰਦਾ, ਜਿਹੜਾ CGM ਦਾ ਕੋਰਟ ਆ ਕਈ ਵਾਰਾਂ 2-2 ਸਾਲ ਵੀ ਲੱਗ ਜਾਂਦੇ ਆ, ਲੇਕਿਨ ADC ਸਾਹਿਬ ਸਾਡੇ ਜਿਹੜੇ ਆ ਹਿਮਾਂਸ਼ੂ ਅਗਰਵਾਲ ਜੀ IAS ਹੈਗੇ ਉਹ ਬੜੇ ਪ੍ਰੋਐਕਟਿਵ ਆਫਿਸਰ ਆ, ਉਹ ਜਲਦੀ ਡਿਸੀਜਨ ਲੈ ਰਹੇ ਆ ਔਰ 1 ਮਹੀਨੇ ਦੇ ਵਿੱਚ ਸਾਰਾ ਕੁਛ ਉਹ ਡਿਸਾਈਡ ਕਰ ਰਹੇ ਆ ਔਰ ਉਹਨਾਂ ਨੇ ਕਾਫੀ ਹੈਵਲੀ ਫਾਈਨ ਵੀ ਕੀਤੇ ਆ, 3-4 ਅਸਟੈਬਲਿਸ਼ਮੈਂਟ ਨੂੰ 1 ਲੱਖ ਤੱਕ ਜੁਰਮਾਨੇ ਕੀਤੇ ਆ। ਆਉਣ ਵਾਲੇ ਸਮੇਂ ਦੇ ਵਿੱਚ ਜੋ ਸਰਕਾਰ ਦੀਆਂ ਹਦਾਇਤਾਂ
ਕਿ ਸਖ਼ਤ ਤੋਂ ਸਖ਼ਤ ਜੁਰਮਾਨੇ ਕੀਤੇ ਜਾਣ ਤਾਂ ਕਿ ਇਹ ਜਿਹੜੀ ਅਡਲਟਰੇਸ਼ਨ ਆ ਇਹਨਾਂ FBOs ਵਾਸਤੇ ਅਡਲਟਰੈਂਟ ਵਾਸਤੇ ਅਨਵਾਇਬਲ ਇੱਕ ਧੰਦਾ ਹੋ ਸਕੇ।